ਜਿਹੜੇ ਵੀ ਦੋਸ਼ੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਸਾਡੇ ਕੋਲ ਸ਼ਿਕਾਇਤ ਆਈ ਹੈ ਸਾਲ ਕੁ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੂਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ 2017 ਦੇ ਵਿੱਚ, ਅਤੇ ਜਦੋਂ ਹੀ ਸਜ਼ਾ ਮਿਲੀ ਹੁੰਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਵੀ ਦੋਸ਼ੀ ਹੈ ਚਾਹੇ ਕੋਈ ਵੀ ਹੈ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਮਿਲਵਾ। ਬਹੁਤ ਮਾੜੀ ਗੱਲ, ਸਜ਼ਾ ਮਿਲਣੀ ਚਾਹੀਦੀ। ਨਿੰਦਣਯੋਗ ਗੱਲ ਹੈ ਕਿ ਜਿਹੜੇ ਬਾਹਰਲੇ ਮੁਲਕਾਂ 'ਚ ਫਸੇ ਸੀ ਸਾਡੇ ਭਾਰਤੀ, ਉਹਨਾਂ ਨੂੰ ਤਾਂ ਲਿਆਉਣ ਵਾਸਤੇ ਜਿਹੜਾ ਪਹਿਲਾਂ ਜਿਹੜਾ ਜਹਾਜ਼ ਜਿਹੜੇ ਰਵਾਨਾ ਕਰਕੇ ਅਤੇ ਉਹਨਾਂ ਨੂੰ ਜਿਹੜਾ ਇੰਡੀਆ ਲਿਆਂਦਾ ਗਿਆ ਸੀ, ਅਤੇ ਬਾਹਰਲੇ ਮੁਲਕਾਂ ਵਾਲੇ ਵੀ ਜਿਹੜੇ ਭਾਰਤ ਦੇ ਵਿੱਚ ਫਸੇ ਆ ਉਹਨਾਂ ਨੂੰ ਜਿਹੜਾ ਹੈ ਵੱਖੋ ਵੱਖਰੀਆਂ ਫਲਾਈਟਾਂ ਦੇ ਰਾਹੀਂ ਆਪਣੇ ਆਪਣੇ ਮੁਲਕਾਂ ਦੇ ਵਿੱਚ ਲਿਜਾ ਰਹੇ ਆ। ਅਤੇ ਹਿੰਦੁਸਤਾਨ ਦੇ ਜਿਹੜੇ ਵੱਖਰੇ ਵੱਖਰੇ ਰਾਜਾਂ ਦੇ ਵਿੱਚ ਫਸੇ ਆ ਚਾਹੇ ਕੋਈ ਵੀ ਹੈ ਉਹਨਾਂ ਨੂੰ ਲਿਆਉਣ ਵਾਸਤੇ ਸਰਕਾਰ ਜਿਹੜੀ ਯਤਨ ਹੀ ਨਹੀਂ ਕਰਦੀ, ਅਤੇ ਉਸੇ ਕੜੀ ਦੇ ਤਹਿਤ ਹਜ਼ੂਰ ਸਾਹਿਬ ਜਿਹੜੀ ਸੰਗਤ ਜਿਹੜੀ ਫਸੀ ਹੈ ਅਤੇ ਉਹਨਾਂ ਵਾਸਤੇ ਜਿਹੜਾ ਕੋਈ ਯਤਨ ਹੀ ਨਹੀਂ ਹੋ ਰਿਹਾ। ਚਾਹੀਦਾ ਹੈ ਕਿ ਭਾਰਤ ਸਰਕਾਰ ਨੂੰ ਕੁਛ ਸਪੈਸ਼ਲ ਟ੍ਰੇਨਾਂ ਜਿਹੜੀਆਂ ਉਹ ਚਲਾਵੇ ਅਤੇ ਉਹਨਾਂ ਨੂੰ ਜਿਹੜਾ ਹੈ ਸਪੈਸ਼ਲ ਟ੍ਰੇਨਾਂ ਚਲਾ ਕੇ ਜਾਂ ਉਹਨਾਂ ਲਈ ਕੋਈ ਹੋਰ ਪ੍ਰਬੰਧ ਕਰੇ ਅਤੇ ਉਹਨਾਂ ਨੂੰ ਜਿਹੜਾ ਹੈ ਘਰਾਂ ਦੇ ਵਿੱਚ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅਸੀਂ ਜਿਹੜੀ ਸਾਡੇ ਪੁਰਾਤਨ ਸਾਡਾ ਜਿਹੜਾ ਕਲਚਰ ਸੀ, ਖਾਣ ਪੀਣ ਸੀ, ਅਸੀਂ ਉਹਨੂੰ ਅਪਣਾਉਣ ਦਾ ਯਤਨ ਕਰੀਏ ਅਤੇ ਫਿਰ ਹੀ ਸਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਊਗਾ ਅਤੇ ਅਸੀਂ ਇਹਨਾਂ ਬਿਮਾਰੀਆਂ ਦੇ ਟਾਕਰਾ ਕਰਨ ਦੇ ਸਮਰੱਥ ਬਣ ਸਕਾਂਗੇ। ਦੇਸੀ ਖਾਣ ਪੀਣ ਅਸੀਂ ਜਿਹੜਾ ਸ਼ੁਰੂ ਕਰੀਏ ਕਰਨਾ, ਅਤੇ ਜਿਹੜਾ ਚਾਈਨੀਜ਼ ਫੂਡ ਹੈ ਜਾਂ ਹੋਰ ਹੈ ਇਹਨਾਂ ਤੋਂ ਅਸੀਂ ਪਰਹੇਜ਼ਗਾਰੀ ਕਰਨੀ ਸ਼ੁਰੂ ਕਰੀਏ ਅਤੇ ਫਿਰ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ, ਵਰਨਾ ਲੋਕਡਾਊਨ ਜਿਹੜਾ ਹੈਗਾ ਇਸ ਦੀ ਵੀ ਹੱਲ ਨਹੀਂ। ਇਹਦੇ ਨਾਲ ਤਾਂ ਜੇ 5 ਵਧਣਗੇ ਤਾਂ 25 ਮਰ ਜਾਣਗੇ।